ਮਜਬੂਰੀ ਜੀ ਬਣੀ ਗਈ ਇਸ ਉਮਰ ਦੇ ਵਿੱਚ ਵੀ ਤੁਸੀਂ ਆਰਾਮ ਨਹੀਂ ਫਰਮਾ ਰਹੇ ਪਰਿਵਾਰ ਪਾਲਣ ਵਾਸਤੇ ਮਿਹਨਤ ਨੂੰ ਤਰਜੀਹ। ਵਾਹਿਗੁਰੂ ਜੀ ਅੱਜ ਆਰਾਮ ਫਰਮਾ ਲਈਏ ਨਾ ਤੇ ਕੱਲ ਨੂੰ ਘਰ ਬਹਿ ਕੇ ਗੋਏ ਹੋ ਜਾਵਾਂਗੇ, ਜੇ ਚੱਲਦਾ ਰਿਹਾ ਤੇ ਲੋਇਆ ਬਹਿ ਗਿਆ ਤੇ ਗੋਇਆ। ਉਮਰ ਕਿੰਨੀ ਹੋਈ ਹੈ ਤੁਹਾਡੀ? ਉਮਰ 72 ਸਾਲ ਤੋਂ ਉੱਪਰ ਚੱਲੀ। ਠੰਡ ਇੰਨੀ ਪੈ ਰਹੀ ਆ ਪਰ ਤੁਸੀਂ ਠੰਡ ਦੇ ਵਿੱਚ ਵੀ 10-20 ਰੁਪਈਏ ਬਚਦੇ ਹੋਣੇ ਮੇਰੇ। ਵਾਹਿਗੁਰੂ ਜੀ ਧੰਨ ਗੁਰੂ ਨਾਨਕ ਦਾ ਹਾਸਾ, ਉਹ ਜੋ ਕੁਛ ਦਿੰਦਾ ਸ਼ਾਮ ਨੂੰ ਸ਼ੁਕਰ ਕਰੀਦਾ ਕਿ ਤੇਰਾ ਹੀ ਓਟ ਹੈ ਵਾਹਿਗੁਰੂ ਗੁਰੂ ਨਾਨਕ, ਜਦੋਂ ਦਿੱਤਾ ਹੀ ਤੇਰਾ ਸ਼ੁਕਰ। ਹੋਇਆ ਜੀ ਇਹ ਤੁਹਾਡੇ ਹੱਥ ਨੂੰ, ਕਿਉਂਕਿ ਹੱਥ ਦਾ ਹਾਲਾਤ ਜਿਹੜੇ ਬਣੇ ਹੋਏ ਨੇ? ਐਕਸੀਡੈਂਟ ਹੋ ਗਿਆ ਸੀਗਾ, ਦੋ ਵਾਰੀ ਮੈਂ ਆਪਰੇਸ਼ਨ ਕਰਾ ਚੁੱਕਾ ਹਾਂ। ਇਹ ਆਪਰੇਸ਼ਨ ਦੇ ਨਾਲ ਮੈਨੂੰ ਕੋਈ ਫਾਇਦਾ ਨਹੀਂ ਹੋਇਆ, ਆਪਰੇਸ਼ਨ ਨਾਲ ਮੇਰੀ ਇੱਕ ਵਾਰੀ ਪਹਿਲੀ ਵਾਰੀ ਭਾਰ ਚੁੱਕ ਰਹੇ ਹੁੰਦੇ ਸਾਂ, ਪਹਿਲੀ ਵਾਰੀ ਬਾਂਹ ਖਰਾਬ ਹੋ ਗਈ, ਦੂਜੀ ਵਾਰੀ ਆਪਰੇਸ਼ਨ ਕਰਾਇਆ ਤੇ ਇੱਥੇ ਬਾਬਾ ਡਾਕਟਰਾਂ ਨੇ ਇੱਥੇ ਪਲੇਟ ਪਾਤੀ ਅਤੇ ਇੱਥੇ ਰੋਡ ਪਾਤੀ ਸੀ, ਉਹ ਰੋਡ ਗਈ ਬਾਹਰ ਨਿਕਲ, ਇਹ ਇੱਧਰ ਹੱਡੀ ਉੱਚੀ ਹੋ ਗਈ ਹੈ ਇੱਥੇ ਪਲੇਟ ਹੈਗੀ। ਪਰਿਵਾਰ ਬਾਰੇ ਜ਼ਰੂਰ ਜਾਣਨਾ ਚਾਹੁੰਦੇ ਹਾਂ, ਪਰਿਵਾਰ ਦੇ ਵਿੱਚ ਕਿੰਨੇ ਬੱਚੇ ਨੇ ਤੁਹਾਡੇ ਅਤੇ ਜੀਵਨ ਸਾਥੀ ਨਾਲ ਹੀ ਹੋਣ? ਜੀਵਨ ਸਾਥੀ ਨਾਲ ਹੀ ਹੈ ਜੀ, ਨਾਲ ਬੱਚਾ ਮੁੰਡਾ ਇੱਕ ਹੈ, 3 ਕੁੜੀਆਂ ਸੀ ਵਿਆਹੀਆਂ, ਤੁਹਾਨੂੰ ਇੱਕ ਸਭ ਕੁਛ ਕੀਤਾ, ਰਹੀ ਵੀ ਉਹਦੇ ਹੱਥ ਨਾਲ ਚੱਲਦਾ ਮੈਂ। ਦੋਸਤੋ ਮਜਬੂਰੀਆਂ ਅਤੇ ਹਾਲਾਤ ਇਹੋ ਜਿਹੇ ਬਣ ਜਾਂਦੇ ਨੇ ਕਿ ਬਹੁਤ ਸਾਰੇ ਇਨਸਾਨ ਨੇ ਜਿਹੜੇ ਆਪਣੇ ਬੱਚੇ ਪਾਲਣ ਵਾਸਤੇ ਪਰਿਵਾਰ ਪਾਲਣ ਵਾਸਤੇ ਵੱਡੀ ਉਮਰ ਦੇ ਵਿੱਚ ਵੀ ਮਿਹਨਤ ਨੂੰ ਤਰਜੀਹ ਦਿੰਦੇ ਨੇ, ਇਹ ਮਜਬੂਰੀਆਂ ਹੁੰਦੀਆਂ ਨੇ ਕਿਉਂਕਿ ਹਾਲਾਤ ਹੀ ਇਹੋ ਜਿਹੇ ਬਣ ਜਾਂਦੇ ਨੇ। ਤਾਂ ਅੱਜ ਤਸਵੀਰਾਂ ਤੁਹਾਡੇ ਨਾਲ ਦਰਬਾਰ ਸਾਹਿਬ ਦੇ ਨੇੜੇ ਦੀਆਂ ਸਾਂਝੀਆਂ ਜਾ ਰਹੀਆਂ, ਜਿੱਥੇ ਕਿ 75 ਸਾਲ ਦੇ ਬਾਬਾ ਜੀ ਨੇ ਆਪਣਾ ਮਿਹਨਤ ਨਾਲ ਪਰਿਵਾਰ ਪਾਲ ਰਹੇ ਨੇ ਅਤੇ ਬਾਪੂ ਜੀ ਦਾ ਹੱਥ ਵੀ ਸਹੀ ਤਰ੍ਹਾਂ ਸੇ ਨਹੀਂ ਚੱਲਦਾ ਕਿਉਂਕਿ ਹੱਥ ਦੇ ਵਿੱਚ ਪ੍ਰੋਬਲਮ ਹੈ ਜੋਈ, ਪਰ ਫਿਰ ਵੀ ਆਪਣੀ ਮਿਹਨਤ ਨਾਲ ਆਪਣਾ ਪਰਿਵਾਰ ਪਾਲਦੇ ਹੋਏ ਨਜ਼ਰ ਆ ਰਹੇ ਨੇ। ਤਾਂ ਬੱਚਿਆਂ ਦੇ ਖਿਡੌਣੇ ਵੇਚ ਰਹੇ ਨੇ, ਚਾਹੇ 10-20 ਰੁਪਈਏ ਬਚਦੇ ਨੇ ਇਹਨਾਂ ਨੂੰ ਇਸ ਸਮਾਨ ਦੇ ਵਿੱਚੋਂ, ਪਰ ਫਿਰ ਵੀ ਮਿਹਨਤ ਨਾਲ ਆਪਣਾ ਪਰਿਵਾਰ ਪਾਲਦੇ ਨੇ। ਤਾਂ ਬਾਪੂ ਜੀ ਦੀ ਉਮਰ ਜਿਵੇਂ ਕਿ 75 ਸਾਲ ਨੇ ਪਰ ਦੂਜਿਆਂ ਵਾਸਤੇ ਮਿਸਾਲ ਬਣੇ ਹੋਏ ਨੇ। ਬਹੁਤ ਸਾਰੇ ਇਹੋ ਜਿਹੇ ਇਨਸਾਨ ਹੁੰਦੇ ਨੇ ਜਿਹੜੇ ਜੇ ਹੱਥ ਪੈਰ ਸਲਾਮਤ ਹੁੰਦਿਆਂ ਵੀ ਦੂਜਿਆਂ ਦੇ ਸਾਹਮਣੇ ਹੱਥ ਫੈਲਾਉਂਦੇ ਨੇ, ਪਰ ਬਾਪੂ ਜੀ ਦੇ ਚਾਹੇ ਹੱਥ ਸਹੀ ਤਰ੍ਹਾਂ ਨਹੀਂ ਚੱਲਦੇ ਫਿਰ ਵੀ ਦੂਜਿਆਂ ਸਾਹਮਣੇ ਹੱਥ ਨਹੀਂ ਫੈਲਾ ਰਹੇ, ਆਪਣੀ ਮਿਹਨਤ ਨੂੰ ਤਰਜੀਹ ਦੇ ਰਹੇ ਨੇ ਅਤੇ ਪਰਿਵਾਰ ਪਾ ਰਹੇ ਨੇ। ਤਾਂ ਸਭ ਤੋਂ ਵੱਡੀ ਚੀਜ਼ ਇਹ ਵੀ ਹੈ ਕਿ ਬਾਪੂ ਜੀ ਜਦੋਂ ਵੀ ਇਹਨਾਂ ਨੂੰ ਤੁਸੀਂ ਦੇਖੋ ਜੇ ਰੱਬ ਦਾ ਨਾਮ ਜਪਦੇ ਹੋਏ ਨਜ਼ਰ ਆਉਂਦੇ ਨੇ, ਉਸ ਰੱਬ ਦੇ ਉੱਪਰ ਅਟੁੱਟ ਵਿਸ਼ਵਾਸ ਹੈ, ਰੱਬ 'ਤੇ ਡੋਰਾਂ ਨੇ। ਚਾਹੇ ਠੰਡ ਪੂਰੀ ਤਰ੍ਹਾਂ ਪੈ ਰਹੀ ਹੈ ਪਰ ਫਿਰ ਵੀ ਠੰਡ ਦੇ ਵਿੱਚ ਵੀ ਬਾਪੂ ਜੀ ਜਿਹੜੇ ਨੇ ਨਾਮ ਜਪ ਰਹੇ ਨੇ ਅਤੇ ਆਪਣਾ ਸਮਾਨ ਵੇਚ ਕੇ ਬੱਚਿਆਂ ਦਾ ਪਰਿਵਾਰ ਪਾ ਰਹੇ ਨੇ। ਅਤੇ ਬਾਪੂ ਜੀ ਪਹਿਲਾਂ ਤਾਂ ਫਤਿਹ ਦੀ ਸਾਂਝ ਪਾਉਂਦੇ ਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਗੁਰਚਰਨ ਸਿੰਘ ਜੀ। ਬਾਬਾ ਜੀ ਪਹਿਲਾਂ ਤਾਂ ਜੱਫੀ ਜ਼ਰੂਰ ਪਾਵਾਂਗੇ ਤੁਹਾਡੇ ਨਾਲ ਕਿਉਂਕਿ ਬਹੁਤ ਮਿਹਨਤ ਨਾਲ ਤੁਸੀਂ ਪਰਿਵਾਰ ਪਾ ਰਹੇ ਹੋ ਅਤੇ ਸਲਾਮ ਹੈ ਤੁਹਾਡੀ ਮਿਹਨਤ ਨੂੰ ਵੀ। ਤਾਂ ਮਜਬੂਰੀ ਜੀ ਬਣੀ ਗਈ ਇਸ ਉਮਰ ਦੇ ਵਿੱਚ ਵੀ ਤੁਸੀਂ ਆਰਾਮ ਨਹੀਂ ਫਰਮਾ ਰਹੇ ਪਰਿਵਾਰ ਪਾਲਣ ਵਾਸਤੇ ਮਿਹਨਤ ਨੂੰ ਤਰਜੀਹ ਦੇ ਰਹੇ? ਵਾਹਿਗੁਰੂ ਜੀ ਅੱਜ ਆਰਾਮ ਫਰਮਾ ਲਈਏ ਨਾ ਤੇ ਕੱਲ ਨੂੰ ਘਰ ਬਹਿ ਕੇ ਗੋਏ ਹੋ ਜਾਵਾਂਗੇ, ਜੇ ਚੱਲਦਾ ਰਿਹਾ ਤੇ ਲੋਇਆ ਬਹਿ ਗਿਆ ਤੇ ਗੋਇਆ, ਬਹਿ ਕੇ ਕੀ ਕਰਨਾ ਸੀ? ਜੇ ਜਿੰਨੀ ਦੇਰ ਦੀ ਹਿੰਮਤ ਆ ਤਾਕਤ ਹੈ ਉੰਨੀ ਦੇਰ ਆਪਾਂ ਕੰਮ ਕਿਉਂ ਛੱਡੀ ਆ? ਅਤੇ ਬਾਪੂ ਜੀ ਉਮਰ ਕਿੰਨੀ ਹੋਈ ਹੈ ਤੁਹਾਡੀ? ਉਮਰ 72 ਸਾਲ ਤੋਂ ਉੱਪਰ ਤੱਕ ਚੱਲੀ ਆ। ਕੀ ਵੇਚ ਰਹੇ ਹੋ ਇੱਥੇ? ਅਸੀਂ ਦੇਖਿਆ ਬੱਚਿਆਂ ਦੇ ਖਿਡੌਣੇ ਵੇਚ ਰਹੇ ਹੋ। ਹਾਂਜੀ ਕੋਈ ਇੱਦਾਂ ਹੀ ਗੁਜ਼ਾਰਾ ਕਰ, ਸਭ ਵੇਚ ਵੇਚ ਕੇ ਗੁਜ਼ਾਰਾ ਕਰੀਦਾ। ਕਿੰਨੇ ਕੁ ਪੈਸੇ ਬਚ ਜਾਂਦੇ ਨੇ ਇੱਥੋਂ? ਠੰਡ ਇੰਨੀ ਪੈ ਰਹੀ ਆ ਪਰ ਤੁਸੀਂ ਠੰਡ ਦੇ ਵਿੱਚ ਵੀ 10-20 ਰੁਪਈਏ ਬਚਦੇ ਹੋਣੇ ਮੇਰੇ। ਵਾਹਿਗੁਰੂ ਜੀ ਧੰਨ ਗੁਰੂ ਨਾਨਕ ਦਾ ਹਾਸਾ, ਉਹ ਜੋ ਕੁਛ ਦਿੰਦਾ ਸ਼ਾਮ ਨੂੰ ਸ਼ੁਕਰ ਕਰੀਦਾ ਕਿ ਤੇਰਾ ਹੀ ਓਟ ਹੈ ਵਾਹਿਗੁਰੂ ਗੁਰੂ ਨਾਨਕ, ਜਦੋਂ ਦਿੱਤਾ ਹੀ ਤੇਰਾ ਸ਼ੁਕਰ।
ਜਿੰਨਾ ਵੀ ਦਿੱਤਾ ਤੇਰਾ ਸ਼ੁਕਰ ਹੈ, ਚਾਹੇ ਤੂੰ ਚੰਗਾ ਬੰਦਾ ਉਹਦਾ ਹੀ ਆਸਰਾ। ਅਤੇ ਬਾਬਾ ਜੀ ਮੈਂ ਦੇਖ ਰਿਹਾ ਜਿੰਨੀ ਵਾਰ ਵੀ ਤੁਸੀਂ ਸਾਡੇ ਨਾਲ ਵੀ ਬੋਲਚਾਲ ਗੱਲਬਾਤ ਕਰਦੇ ਹੋ ਉਸ ਰੱਬ ਦਾ ਨਾਮ ਜ਼ਰੂਰ ਲੈਂਦੇ ਹੋ, ਚਾਹੇ ਸਮਾਨ ਵੇਚਦੇ ਹੋ ਤਾਂ ਵੀ ਰੱਬ ਦਾ ਨਾਮ ਲੈ ਰਹੇ ਹੋ, ਰੋਜ਼ਾਨਾ ਦੀ ਰੁਟੀਨ ਆ ਤੁਹਾਡੀ? ਹਾਂਜੀ ਵਾਹਿਗੁਰੂ ਜੀ, ਮੇਰੀ ਰੋਜ਼ਾਨਾ ਰੁਟੀਨ ਆ, ਮੈਨੂੰ ਇੱਦਾਂ ਧੰਨ ਗੁਰੂ ਨਾਨਕ ਦਾ ਉਹਦਾ ਹੀ ਆਸਰਾ, ਉਹਦੀ ਔਟ ਹੈ। ਮੈਂ ਕਿਸੇ ਨੂੰ ਵੀ ਬਵਾਈ ਦਿੰਦਾ ਤਾਂ ਇੱਦਾਂ ਹੀ ਦਿੰਦਾ, ਕਿਸੇ ਨੂੰ ਕਹਿੰਦਾ ਇੱਦਾਂ ਲੈ ਜਾਓ ਇਹ ਨਹੀਂ ਕਹਿੰਦਾ। ਵਾਹਿਗੁਰੂ ਧੰਨ ਗੁਰੂ ਨਾਨਕ, ਵਾਹਿਗੁਰੂ ਜੀ ਧੰਨ ਗੁਰੂ ਨਾਨਕ, ਤੁਹਾਡੇ ਹੱਥ ਲੈ ਲਓ ਬੱਚਿਆਂ ਵਾਸਤੇ ਕੋਈ ਆਠਾ, ਇਹੋ ਹੀ ਆਵਾਜ਼ ਦੇਦੀ, ਹੋਰ ਕੋਈ ਆਵਾਜ਼ ਨਹੀਂ ਦੇਦੀ। ਕਿੰਨੀ ਦੇਰ ਤੋਂ ਬਾਬਾ ਜੀ ਇਹ ਖਿਲੋਣੇ ਵੇਚ ਰਹੇ? ਮੈਨੂੰ 10-15 ਸਾਲ ਹੋ ਚੁੱਕੇ ਨੇ ਵਾਹਿਗੁਰੂ ਜੀ ਇੱਥੇ ਕੰਮ ਕਰਦੇ ਹਾਂ। ਮੈਨੂੰ ਇਹ ਦੱਸੋ ਹੋਇਆ ਜੀ ਇਹ ਤੁਹਾਡੇ ਹੱਥ ਨੂੰ, ਕਿਉਂਕਿ ਹੱਥ ਦਾ ਹਾਲਾਤ ਜਿਹੜੇ ਬਣੇ ਹੋਏ ਨੇ? ਐਕਸੀਡੈਂਟ ਹੋ ਗਿਆ ਸੀਗਾ, 2 ਵਾਰੀ ਮੈਂ ਆਪਰੇਸ਼ਨ ਕਰਾ ਚੁੱਕਾ ਹੋਇਆ, ਇਹ ਪ੍ਰੈਸ਼ਨ ਦੇ ਨਾਲ ਮੈਨੂੰ ਕੋਈ ਪੈਦਾ ਨਹੀਂ ਹੋਇਆ, ਪ੍ਰੈਸ਼ਨ ਨਾਲ ਮੇਰੀ ਇੱਕ ਵਾਰੀ ਪਹਿਲੀ ਵਾਰੀ ਭਾਰ ਚੁੱਕ ਰਹੇ ਹੁੰਦੇ ਸਾਂ, ਪਹਿਲੀ ਵਾਰੀ ਬਾਂਹ ਖਰਾਬ ਹੋ ਗਈ, ਦੂਜੀ ਵਾਰੀ ਆਪਰੇਸ਼ਨ ਕਰਾਇਆ ਅਤੇ ਇੱਥੇ ਬਾਬਾ ਡਾਕਟਰਾਂ ਨੇ ਇੱਥੇ ਪਲੇਟ ਪਾਤੀ ਅਤੇ ਇੱਥੇ ਰੋਡ ਪਾਤੀ ਸੀ, ਉਹ ਰੋਡ ਗਈ ਬਾਹਰ ਨਿਕਲ, ਇਹ ਇੱਧਰ ਹੱਡੀ ਉੱਚੀ ਹੋ ਗਈ ਹੈ, ਇੱਧਰ ਪਲੇਟ ਹੈਗੀ ਆ, ਜਿਸ ਕਰਕੇ ਇਹ ਉਂਗਲਾਂ ਕੰਮ ਨਹੀਂ ਕਰਦੀਆਂ। ਤਾਂ ਦੋਸਤੋ ਇਹ ਜਿਹੜੇ ਹੱਥ ਨੇ ਚਾਹੇ ਸਹੀ ਤਰ੍ਹਾਂ ਚੱਲ ਨਹੀਂ ਪਾਉਂਦਾ ਫਿਰ ਵੀ ਮਿਹਨਤ ਵਾਲੇ ਹੱਥ ਨੇ, ਤਾਂ ਅੱਜ ਵੀ ਮਿਹਨਤ ਨੂੰ ਤਰਜੀਹ ਦੇ ਰਹੇ ਨੇ। ਅਤੇ ਬਾਬਾ ਜੀ ਇਲਾਜ ਹੋ ਹੀ ਨਹੀਂ ਪਾਇਆ ਸਹੀ ਤਰ੍ਹਾਂ ਜਾਂ ਪੈਸਿਆਂ ਤੋਂ ਇਲਾਜ ਨਹੀਂ ਹੋ ਪਾਇਆ? ਵਾਹਿਗੁਰੂ ਜੀ ਪੈਸੇ ਗੁਰੂ ਨਾਨਕ ਜੋ ਕਰੇ ਇਹਨੂੰ ਕੀ ਕਰਨਾ, ਪੈਸੇ ਜੇ ਗੁਰੂ ਨਾਨਕ ਰੱਖੇਗਾ ਜਿੱਦਾਂ ਹੀ ਹੱਥ ਜਿਸ ਹਾਲਤ ਵੀ ਰੱਖੇ ਉਹਦੀ ਆਸਰਾ ਹੈ, ਮੈਂ ਉਹਦਾ ਹੀ ਔਟ ਲੈ ਕੇ ਕੰਮ ਕਰ ਰਿਹਾ, ਭਾਵੇਂ ਕੋਈ ਹੋ ਜੇ ਅੱਜ ਆਪਰੇਸ਼ਨ ਕਰਾਈਏ ਤਾਂ ਅੱਜ ਕੱਲ੍ਹ ਕੀ ਹੈ ਡਾਕਟਰ ਵੱਡੀ ਪਾ ਦਿੰਦੇ ਨੇ, ਜੇ ਕੋਈ ਇੱਦਾਂ ਹੀ ਸਾਡੇ ਕੋਲ ਕੀ ਨਿਕਲਣਾ, ਇੱਦਾਂ ਹੀ ਅਸੀਂ ਕਹਿ ਚੋ ਹੋਏਗਾ ਦੇਖੀ ਜਾਏਗੀ, ਇੱਦਾਂ ਵਾਹਿਗੁਰੂ ਕਿਰਪਾ ਕਰੇ ਇੱਦਾਂ ਹੀ ਕਾਮਯਾਬ ਕਰੇ। ਹੁਣ ਤਾਂ ਹੀ ਕਿੰਨੇ ਵੀ ਪੈਸੇ ਲਾ ਦਿੱਤੇ ਇਸ ਹੱਥ 'ਤੇ? ਵਾਹਿਗੁਰੂ ਜੀ ਕੀ ਕਹਿ ਸਕਦਾ, ਕਈ ਗੁਰੂ ਨਾਨਕ ਨੇ ਉਹਨੇ ਲਵਾਏ ਨੇ ਇੱਦਾਂ ਲੱਗੇ ਆ, ਉਹੀ ਕਰਨ ਵਾਲਾ ਸੀ, ਉਹੀ ਕਰਵਾਉਣ ਵਾਲਾ। ਬਾਪੂ ਜੀ ਪਰਿਵਾਰ ਬਾਰੇ ਜ਼ਰੂਰ ਜਾਣਨਾ ਚਾਹੁੰਦੇ ਹਾਂ, ਪਰਿਵਾਰ ਦੇ ਵਿੱਚ ਕਿੰਨੇ ਬੱਚੇ ਨੇ ਤੁਹਾਡੇ ਅਤੇ ਜੀਵਨ ਸਾਥੀ ਨਾਲ ਹੀ? ਹੁਣ ਜੀਵਨ ਸਾਥੀ ਨਾਲ ਹੀ ਹੈ ਜੀ, ਨਾਲ ਬੱਚਾ ਮੁੰਡਾ ਇੱਕ ਹੈ, 3 ਕੁੜੀਆਂ ਸੀ ਵਿਆਹੀਆਂ, ਤੁਹਾਨੂੰ ਸਭ ਕੁਝ ਕੀਤਾ, ਰਹੀ ਵੀ ਉਹਦੇ ਹੱਥ ਨਾਲ ਚੱਲਦਾ ਮੈਂ। ਤਾਂ ਜ਼ਰੂਰ ਜੀ ਬਾਪੂ ਜੀ ਨੇ 3 ਧੀਆਂ ਦਾ ਆਨੰਦ ਜਾਰਜੂ ਆਪਣੀ ਮਿਹਨਤ ਨਾਲ ਨਿਭਾਇਆ ਹੈ ਅਤੇ ਆਪਣੇ ਫਰਜ਼ ਨਿਭਾ ਰਹੇ ਨੇ ਇਸ ਉਮਰ ਦੇ ਵਿੱਚ ਵੀ, ਅਤੇ ਬੇਟਾ ਜਿਹੜਾ ਹੁਣ ਵੱਡਾ ਹੈ ਜਾਂ ਛੋਟਾ ਜੀ? ਵੱਡਾ ਹੋ ਚੱਲਿਆ, ਇੱਕ ਦੁਕਾਨ 'ਤੇ ਹੁਣ ਪਿਆ ਵਾ, ਥੋੜ੍ਹਾ ਜਿੱਦਾਂ ਕਿਸੇ ਦੀ ਕਿਸਮਤ ਕਰਮਾ ਜੀ ਹੁੰਦੀ ਆ, ਉਹੀ ਨੌਕਰੀ ਕਿਸ ਹਿਸਾਬ ਨਾਲ ਮਿਲਦੇ। ਅਤੇ ਬਾਪੂ ਜੀ ਬਹੁਤ ਸਾਰੇ ਇਹੋ ਜਿਹੇ ਇਨਸਾਨ ਨੇ ਜਿਨ੍ਹਾਂ ਦੇ ਹੱਥ ਪੈਰ ਸਲਾਮਤ ਵੀ ਹੁੰਦੇ ਨੇ, ਉਹ ਦੂਜਿਆਂ ਦੇ ਸਾਹਮਣੇ ਹੱਥ ਫੈਲਾਉਂਦੇ ਹੋਏ ਨਜ਼ਰ ਆਉਂਦੇ ਨੇ, ਅਤੇ ਬਹੁਤ ਸਾਰੇ ਇਹੋ ਜਿਹੇ ਵੀ ਆ ਜਿਹੜੇ ਧਾਰਮਿਕ ਸਥਾਨਾਂ ਦੇ ਬਾਹਰ ਬੈਠੇ ਹੁੰਦੇ ਨੇ, ਤਾਂ ਕੀ ਅਪੀਲ ਲਾਉਣੀ ਚਾਹੁੰਦੇ ਜਿਹੜੇ ਦੂਜਿਆਂ ਦੇ ਸਾਹਮਣੇ ਹੱਥ ਫੈਲਾਉਂਦੇ? ਵਾਹਿਗੁਰੂ ਜੀ ਅਸੀਂ ਤਾਂ ਕਈ ਹੱਥ ਫੈਲਾਉਂਦੇ ਹਾਂ ਅਤੇ ਬੈਠੇ ਹਾਂ ਅਤੇ ਇੱਥੇ ਹੀ ਕਰਦੇ ਹਾਂ, ਜੋ ਕੁਝ ਆਪਣੀ ਮਿਹਨਤ ਦਾ ਕਰਦੇ ਪਏ ਹਾਂ, ਕਿਸੇ ਕੋਲ ਮੰਗਣਾ ਨਹੀਂ, ਕਿਸੇ ਕੋਲ ਨਹੀਂ ਕਹਿਣਾ, ਇਹੋ ਹੀ ਕਹਿਣਾ ਧੰਨ ਗੁਰੂ ਨਾਨਕ ਤੇਰਾ ਹੀ ਆਸਰਾ, ਕਿਸੇ ਅੱਗੇ ਮਗਨ ਨਹੀਂ ਤੁਰਨਾ, ਕਿਸੇ ਅੱਗੇ ਨਾਲ ਨਹੀਂ, ਇੱਥੇ ਕਰੋਨਾ ਇੱਥੇ ਹੀ ਜਾਣਾ, ਨਾ ਹੀ ਅਸੀਂ ਅੱਗੇ ਆਉਣਾ ਨਾ ਪਿੱਛੇ ਆਉਣਾ। ਰੋਜ਼ਾਨਾ ਪੈਦਲ ਹੀ ਆਉਂਦੇ ਹੋ, ਦੂਰੋਂ ਆਉਂਦੇ, ਨੇੜੇ ਆਉਂਦੇ ਹੋ? ਕਟਕ ਤੋਂ ਮੈਂ ਇੱਥੋਂ ਆਉਂਦਾ, ਇਸ ਲਈ ਕਿਰਾਏ 'ਤੇ ਅਸੀਂ ਰਹਿੰਦੇ ਹਾਂ, ਕਿਰਾਇਆ ਵੀ ਕੱਢਦੇ ਹਾਂ, ਸਭ ਕੁਝ ਕਰਦੇ ਪਏ ਹਾਂ, ਉਹੀ ਦੇਣ ਵਾਲਾ ਗੁਰੂ ਨਾਨਕ ਤੇਰਾ ਹੀ ਆਸਰਾ। ਅਤੇ ਬਾਪੂ ਜੀ ਦੇ ਹਾਲਾਤ ਵੀ ਇੰਨੇ ਵਧੀਆ ਨਹੀਂ ਹੈ ਜਿਵੇਂ ਬਾਪੂ ਜੀ ਦੱਸ ਰਹੇ ਜੀ, ਆਪਣਾ ਮਕਾਨ ਨਹੀਂ ਬਣਾਇਆ ਲੇਕਿਨ ਫਿਲਹਾਲ ਫਿਰ ਵੀ ਮਿਹਨਤ ਨੂੰ ਹੀ ਤਰਜੀਹ ਦੇ ਰਹੇ ਨੇ, ਦੂਜਿਆਂ ਦੇ ਸਾਹਮਣੇ ਹੱਥ ਨਹੀਂ ਫੈਲਾਉਂਦੇ, ਤਾਂ ਬਹੁਤ ਹਾਲਾਤ ਮਾੜਿਆਂ 'ਚੋਂ ਵੀ ਟਾਈਮ ਬਤੀਤ ਹੋਇਆ ਫਿਰ ਵੀ ਰੱਬ ਦੇ ਆਊਟ ਆਸਰੇ ਦੇ ਵਿੱਚ ਰਹਿੰਦੇ ਨੇ, ਤਾਂ ਰੱਬ ਨਾਲ ਨਾਰਾਜ਼ਗੀ ਨਹੀਂ ਹੋਈ ਬਾਪੂ ਜੀ ਦੀ ਜਦੋਂ ਹੱਥ? ਕੋਈ ਨਾਰਾਜ਼ਗੀ ਨਹੀਂ, ਉਹੀ ਜਾਂ ਉਹੀ ਰੱਖਦਾ ਜਿਸ ਭਾਣੇ ਹੀ ਰੱਖਦਾ, ਚੰਗਾ ਹੀ ਰੱਖੇਗਾ, ਕੋਈ ਔਸਰੀ ਨਹੀਂ ਆ। ਬਸਤਿਆਂ ਨੂੰ ਤਾਂ ਹੌਸਲਾ ਹਾਰ ਜਾਂਦੇ ਨੇ ਜਦੋਂ ਇਸ ਤਰ੍ਹਾਂ ਦੇ ਹਾਲਾਤ ਬਣ ਜਾਂਦੇ ਨੇ, ਹੌਸਲਾ ਹਾਰ ਕੇ ਕੀ ਕਰਾਂਗੇ, ਹੌਸਲਾ ਨਹੀਂ ਹਾਰਨਾ ਚਾਹੀਦਾ, ਭਾਵੇਂ ਕੋਈ ਹੋਵੇ, ਆ ਚੰਗੀ ਵੀ ਆ, ਕੱਲ੍ਹ ਮੰਦੀ ਵੀ ਆ, ਕੱਲ੍ਹ ਹੋਰ ਵੀ ਆ ਜਾਏਗਾ, ਕੋਈ ਗੱਲ ਨਹੀਂ, ਵਕਤ ਆਉਂਦਾ ਹੁੰਦਾ।
ਜ਼ਰੂਰ ਜੀ, ਮਾੜਾ ਟਾਈਮ ਵੀ ਬੰਦਿਆਂ 'ਤੇ ਹੀ ਆਉਂਦਾ ਅਤੇ ਜਿਹੜਾ ਮਾੜੇ ਟਾਈਮ ਨਾਲ ਲੜਦਾ ਤਾਂ ਉਹਨੂੰ ਜਿੱਤ ਜ਼ਰੂਰ ਪ੍ਰਾਪਤ ਹੁੰਦੀ, ਉਹਦਾ ਰੱਬ ਸਹਾਈ ਹੁੰਦਾ ਹੈ ਤਾਂ ਰੱਬ ਜ਼ਰੂਰ ਉਸਦਾ ਸਾਥ ਦਿੰਦਾ ਜਦੋਂ ਮਾੜਾ ਟਾਈਮ ਆਉਂਦਾ। ਬਹੁਤ ਸਾਰੇ ਨੇ ਜਿਨ੍ਹਾਂ 'ਤੇ ਮਾੜਾ ਟਾਈਮ ਆਉਂਦਾ ਅਤੇ ਉਹ ਹੌਂਸਲਾ ਹਾਰ ਜਾਂਦੇ ਨੇ, ਟੁੱਟ ਜਾਂਦੇ ਨੇ ਅਤੇ ਰੱਬ ਨਾਲ ਤਾਨੇ ਮਿਹਣੇ ਮਾਰਦੇ ਨੇ, ਪਰ ਬਹੁਤ ਸਾਰੇ ਨੇ ਜਿਹੜੇ ਰੱਬ ਦੀ ਰਜ਼ਾ ਦੇ ਵਿੱਚ ਰਹਿੰਦੇ ਨੇ। ਉਹਨਾਂ ਦੇ ਵਿੱਚੋਂ ਹੀ ਇਹ ਬਾਪੂ ਜੀ ਨੇ, ਚਾਹੇ 75 ਸਾਲ ਦੀ ਉਮਰ ਹੋ ਚੱਲੀ ਹੈ, ਅੱਜ ਵੀ ਰੱਬ ਦੀ ਰਜ਼ਾ ਦੇ ਵਿੱਚ ਰਹਿ ਰਹੇ ਨੇ। ਤਾਂ ਬਾਪੂ ਜੀ ਇਹ ਜਿੰਨਾ ਜੇ ਸਮਾਨ ਵੇਚਦੇ ਉਸ ਨਾਲ ਪਰਿਵਾਰ ਵਧੀਆ ਚੱਲ ਜਾਂਦਾ? ਵਾਹਿਗੁਰੂ ਜੀ, ਉਹੀ ਕਰਾਉਂਦਾ ਪਿਆ, ਉਹੀ ਕਰਾਉਂਦੇ ਆ, ਅਸੀਂ ਕੁਛ ਨਹੀਂ, ਮੈਂ ਕੁਛ ਨਹੀਂ, ਉਹੀ ਕਰਾਉਂਦਾ ਪਿਆ, ਦੇਣ ਵਾਲਾ ਉਹੀ ਆ। ਉਹ ਕਹਿੰਦੇ ਕਰਨ ਕਰਾਵਣ ਆਪੇ ਆਪ ਤਰ੍ਹਾਂ ਤਰ੍ਹਾਂ ਨਾਨਕਾ ਜਾ, ਅਸੀਂ ਕੌਣ ਆ ਕੋ ਰੱਖੇ ਸਾਈ ਮਾਤੇ ਕਰ, ਉਹ ਹਿਸਾਬ ਹੈ, ਅਸੀਂ ਕੋਈ ਨਾਨਕ ਦੇ ਰੱਖੇ ਹਾਂ, ਉਹੀ ਦੇਣਾ, ਉਹ ਨਹੀਂ ਦੇਣਾ ਉਹਦੇ ਲੈਣਾ। ਇਹ ਜਿਹੜਾ ਸਮਾਨ ਲਿਆ ਕੇ ਆਉਂਦੇ ਉਹ ਤੁਸੀਂ ਬੱਚਿਆਂ ਵਾਸਤੇ ਇੱਥੋਂ ਨੇੜਿਓਂ ਲੈਂਦੇ ਹੋ ਜਾਂ ਦੂਰੋਂ? ਜੀ ਮੈਂ ਘਰੋਂ ਆਉਂਦਾ, ਆਉਂਦੀ ਵਾਕੀ ਸਮਾਨ ਲੈ ਕੇ ਹੀ ਆਉਂਦਾ, ਦੱਸਦੇ ਜੀ ਦੁਕਾਨਾਂ ਦੋ ਹੈਗੀਆਂ, ਉਹਨਾਂ ਕੋਲ ਮਾਲ ਲੈ ਕੇ ਫਿਰ ਮੈਂ ਇੱਧਰ ਆਉਂਦਾ। ਸਵੇਰੇ ਕਿੰਨੇ ਵਜੇ ਆ ਜਾਂਦੇ ਹੋ ਅਤੇ ਕਿੰਨੇ ਵਜੇ? ਸਵੇਰੇ 11 ਵਜੇ ਆ ਜਾਂਦਾ, ਇਹਨਾਂ 4:30 ਜਿਸ ਵੀ ਦੁਕਾਨ ਇਹਨਾਂ ਦੀ ਬੰਦ ਹੁੰਦੀ, ਕੁਲਚਿਆਂ ਦੀ ਨਾਲ ਹੀ ਐਡਾ ਸਾਡਾ ਵੀ ਬੰਦ ਹੋ ਜਾਂਦਾ। ਤਾਂ ਰੱਬ ਦੀ ਰਜ਼ਾ ਦੇ ਵਿੱਚ ਰਹਿਣਾ ਚਾਹੀਦਾ ਅਤੇ ਰੱਬ ਦੇ ਭਰੋਸੇ 'ਤੇ ਰਹਿਣਾ ਚਾਹੀਦਾ ਹੈ, ਚਾਹੇ ਠੰਡ ਦੇ ਦਿਨ ਨੇ, ਫਿਰ ਵੀ ਬਾਬਾ ਜੀ ਮਿਹਨਤ ਨਾਲ ਪਰਿਵਾਰ ਪਾ ਰਹੇ ਨੇ। ਤਾਂ ਬਾਪੂ ਜੀ ਆਪਣਾ ਐਡਰੈਸ ਜ਼ਰੂਰ ਦੱਸੋ। ਬਹੁਤ ਸਾਰੇ ਵੀਰ ਨੇ ਜਿਹੜੇ ਦੂਰੋਂ ਦੁਰਾਡੇ ਤੋਂ ਆਉਂਦੇ ਨੇ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੁੰਦੇ ਨੇ ਅਤੇ ਵਧੀਆ ਰੱਬ ਦੀਆਂ ਰੂਹਾਂ ਨੇ ਜਿਹੜੀਆਂ ਇੱਥੇ ਦਰਸ਼ਨ ਹੁੰਦੇ ਨੇ, ਤਾਂ ਆਪਣਾ ਐਡਰੈਸ ਜ਼ਰੂਰ। ਵਾਹਿਗੁਰੂ ਜੀ, ਐਡਰੈਸ ਤਾਂ ਮੇਰਾ ਇੱਥੇ ਹੀ ਆ, ਸਾਰਾ ਕੁਲਵੰਤ ਕੁਲਚਿਆਂ ਦੇ ਅੱਗੇ ਬਹਿੰਦੇ ਹਾਂ, ਅਸੀਂ ਕੋਈ ਉਹਦੇ ਕਦੇ ਅੱਗੇ ਅੱਗੇ ਹੋਰ ਨਹੀਂ ਜਾਂਦੇ, ਅਸੀਂ ਇੱਥੇ ਹੀ ਰਹਿਣਾ ਦਿੱਤੀ। ਅਤੇ ਬਾਪੂ ਜੀ ਮੈਨੂੰ ਇਹ ਦੱਸੋ, ਕੋਈ ਅਪੀਲ ਲਾਉਣੀ ਚਾਹੁੰਦੇ ਹੋ ਸਾਡੇ ਦਾਨੀ ਸੱਜਣਾਂ ਨੂੰ, NRI ਵੀਰਾਂ ਨੂੰ, ਕਿਸੇ ਚੀਜ਼ ਦੀ ਲੋੜ ਹੋਵੇ? ਨਹੀਂ ਵਾਹਿਗੁਰੂ ਜੀ, ਮੈਂ ਕਿਸੇ ਅੱਗੇ ਅਪੀਲ ਨਹੀਂ ਕਰਦਾ, ਨਾ ਵਾਹਿਗੁਰੂ ਆਪੇ ਮਿਲਦੇ, ਉਹ ਹੀ ਦੇਣ ਵਾਲਾ ਅਤੇ ਉਹੀ ਲਿਆਉਣ ਵਾਲਾ, ਜਿਹੜੀ ਹਿੰਮਤ ਹੈ ਉਹੀ ਹਿੰਮਤ ਸਾਨੂੰ ਬਖਸ਼ੇ, ਅਸੀਂ ਹੋਰ ਦੁਗਣੀ ਦਿਨ ਦੁਗਣੀ ਅਤੇ ਰਾਤ ਕੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਜ਼ਰੂਰ ਜੀ, ਅੱਜ ਵੀ ਦੂਜਿਆਂ ਦੇ ਸਾਹਮਣੇ ਹੱਥ ਫਲਾਉਣ ਲਈ ਨਹੀਂ, ਕਿਸੇ ਤੋਂ ਮਦਦ ਦੀ ਲੋੜ ਨਹੀਂ ਹੈ, ਪਰ ਮਦਦ ਦੀ ਲੋੜ ਨਹੀਂ ਆ, ਪਰ ਜੇ ਤੁਸੀਂ ਦਰਬਾਰ ਸਾਹਿਬ ਆ ਰਹੇ ਹੋ ਤਾਂ ਇਹੋ ਜਿਹੜੇ ਮਿਹਨਤੀ ਇਨਸਾਨ ਨੇ, ਜਿਹੜੇ ਮਿਹਨਤ ਨਾਲ ਪਰਿਵਾਰ ਪਾਲਦੇ ਨੇ ਤਾਂ ਰੱਬ ਦੀ ਰਜ਼ਾ ਦੇ ਵਿੱਚ ਰਹਿੰਦੇ ਨੇ, ਹਮੇਸ਼ਾ ਰੱਬ ਦਾ ਨਾਮ ਜਪਦੇ ਰਹਿੰਦੇ ਨੇ, ਤਾਂ ਇਹਨਾਂ ਦਾ ਸਾਥ ਦੇਣਾ ਸਾਡਾ ਆਪਣਾ ਫਰਜ਼ ਬਣਦਾ ਹੈ। ਆਉਂਦੇ ਜਾਂਦੇ ਆ ਥੋੜ੍ਹਾ ਬਹੁਤਾ ਸਮਾਨ ਲਓ ਜਿਹਨਾਂ ਨਾਲ ਇਹਨਾਂ ਦਾ ਪਰਿਵਾਰ ਚੱਲਦਾ ਹੈ। ਤਾਂ ਬਾਬਾ ਜੀ ਹੱਥ ਨਹੀਂ ਫੈਲਾ ਰਹੇ, ਮਿਹਨਤ ਨੂੰ ਤਰਜੀਹ ਦੇ ਰਹੇ ਨੇ, ਤਾਂ ਅੱਜ ਵੀ ਤੁਹਾਡੇ ਸਾਹਮਣੇ ਅਪੀਲ ਇਹੀ ਲਾਈ ਹੈ ਕਿ ਮੈਨੂੰ ਮਿਹਨਤ ਦੇ ਪੈਸੇ ਚਾਹੀਦੇ ਨੇ, ਤਾਂ ਸਾਡੀ ਵੀ ਅਪੀਲ ਹੈ ਦਾਨੀ ਸੱਜਣਾਂ ਨੂੰ, ਰੱਬ ਜਿਹੀਆਂ ਰੂਹਾਂ ਨੂੰ, ਤਾਂ ਜਦੋਂ ਵੀ ਤੁਸੀਂ ਦਰਬਾਰ ਸਾਹਿਬ ਆਓ ਤਾਂ ਇਹਨਾਂ ਰੱਬ ਜਿਹੇ ਫਰਿਸ਼ਤਿਆਂ ਦੇ ਦਰਸ਼ਨ ਜ਼ਰੂਰ ਕਰੋ, ਕਿਉਂਕਿ ਇਹ ਰੱਬ ਦੀ ਰਜ਼ਾ ਦੇ ਵਿੱਚ ਰਹਿਣ ਵਾਲੇ ਇਨਸਾਨ ਨੇ, ਦੂਜਿਆਂ ਦੇ ਸਾਹਮਣੇ ਹੱਥ ਨਹੀਂ ਫਲਾਉਂਦੇ। ਤਾਂ ਆਉਂਦੇ ਜਾਂਦੇ ਥੋੜ੍ਹਾ ਬਹੁਤਾ ਸਮਾਨ ਲਓ ਜੇ, ਜਿਹਨਾਂ ਨਾਲ ਤੁਹਾਡੇ ਬੱਚਿਆਂ ਦਾ ਵੀ ਰਾਜ਼ੀ ਹੋ ਜਾਣਗੇ ਅਤੇ ਇਹਨਾਂ ਦਾ ਪਰਿਵਾਰ ਵੀ ਚੱਲਦਾ ਰਹੇਗਾ। ਤਾਂ ਮੈਨੂੰ ਦਿਓ ਇਜਾਜ਼ਤ, ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਗਿੱਲ ਲਾਲੀ, ਅੰਮ੍ਰਿਤਸਰ।